ਵਰਗਰ ਰੱਖਿਆ ਨਹੀਂ ਆ, ਹਮੇਸ਼ਾ ਮੁੰਡਾ ਵਾਂਗਰ ਮੁੰਡਾ ਬਣਾ ਕੇ ਰੱਖਿਆ ਆ। ਔਰ ਮੈਂ ਵੀ ਚਾਹੁੰਦੀ ਹਾਂ ਕਿ ਬਾਕੀ ਕੁੜੀਆਂ ਵੀ ਇੱਦਾਂ ਹੋਣ, ਉਹਨਾਂ ਦਾ ਵੀ ਆਪਣਾ ਸੁਪਨਾ ਹੈਗਾ ਕਿ ਅਸੀਂ ਵੀ ਘੋੜੀ 'ਤੇ ਬੈਠੇ। ਕਈਆਂ ਦਾ ਹੁੰਦਾ ਜਿੱਦਾਂ ਮੇਰਾ ਸੀ, ਮੇਰੇ ਘਰਦਿਆਂ ਨੇ ਮੇਰਾ ਪੂਰਾ ਕੀਤਾ, ਮੈਂ ਚਾਹੁੰਦੀ ਹਾਂ ਕਿ ਬਾਕੀਆਂ ਦਾ ਵੀ ਪੂਰਾ ਹੋਵੇ। ਕਈਆਂ ਨੂੰ ਕਿਹਾ ਜਾਂਦਾ ਕਿ ਹਾਂਜੀ ਤੁਸੀਂ ਸਾਡੇ ਮੁੰਡੇ ਦੇ ਬਰਾਬਰ ਆ, ਬਟ ਮੇਰੀ ਫੈਮਿਲੀ ਨੇ ਇਹ ਸਾਬਿਤ ਕਰਕੇ ਦਿਖਾਇਆ ਕਿ ਮੁੰਡੇ ਦੇ ਬਰਾਬਰ ਮੰਨਿਆ ਜਾ ਰਿਹਾ ਸਾਡੀ ਫੈਮਿਲੀ 'ਚ। ਮੈਂ ਚਾਹੁੰਦੀ ਕਿ ਬਾਕੀਆਂ ਨੂੰ ਵੀ ਇੱਦਾਂ ਮੰਨਿਆ ਜਾਵੇ, ਸਾਰੇ ਦੇ ਸੁਪਨੇ ਪੂਰੇ ਹੋਣ। ਅਤੇ ਬਹੁਤ ਵਧੀਆ ਫੀਲਿੰਗ ਸੀਗੀ ਕਿਉਂਕਿ ਮੇਰਾ ਇੱਕ ਡ੍ਰੀਮ ਸੀ ਕਿ ਮੈਂ ਘੋੜੀ 'ਤੇ ਬੈਠਾ। ਮੇਰੇ ਬ੍ਰਦਰ ਹੁਣੇ ਬਹਿੰਦੇ ਹੁੰਦੇ ਜਦੋਂ ਉਹਨਾਂ ਦੀ ਮੈਰਿਜ ਸੀ, ਤਾਂ ਮੈਂ ਵੀ ਚਾਹੁੰਦੀ ਸੀਗੀ ਕਿ ਮੈਂ ਵੀ ਬੈਠਾਂ, ਅਤੇ ਮੇਰੇ ਘਰਦਿਆਂ ਨੇ ਮੇਰਾ ਉਹ ਡ੍ਰੀਮ ਪੂਰਾ ਕੀਤਾ।